ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਸ਼ੇਡਸ ਆਫ ਜੋਤੀ ਯੂਟਿਊਬ ਚੈਨਲ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਯੂਟਿਊਬ ਚੈਨਲ ਤੇ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਨਵਾਂ ਵਲੌਗ ਲੈ ਕੇ ਆਈ ਹਾਂ ਪਰ ਇਸ ਵਲੌਗ ਦੇ ਵਿੱਚ ਕੁਝ ਖਾਸ ਹੈ ਕਿਉਂਕਿ ਅਸੀਂ ਪਹਿਲੀ ਵਾਰ ਡਿਸਕਾਊਂਟ ਲਗਾਉਣ ਜਾ ਰਹੇ ਹਾਂ ਹੈਂਡਵਰਕ ਸੂਟਸ ਤੇ ਔਰ ਇਹ ਅਸੀਂ ਸਪੈਸ਼ਲ ਦੀਵਾਲੀ ਡਿਸਕਾਊਂਟ ਲਗਾਉਣ ਜਾ ਰਹੇ ਹਾਂ ਔਰ ਜਿੰਨੇ ਵੀ ਸੂਟ ਸ਼ੇਅਰ ਕਰਾਂਗੀ ਆਲਮੋਸਟ ਸਾਰੇ ਸੂਟ 7500 ਤੋਂ ਨੀਚੇ ਹੋਣਗੇ ਕੋਈ ਇੱਕ ਅੱਧਾ ਸੂਟ ਹੋ ਸਕਦਾ ਜਿਹੜਾ ਅਬਵ ਜਾਏ ਕਿਉਂਕਿ ਡਿਪੈਂਡ ਔਨ ਐਮਬਰਾਇਡਰੀ ਔਰ ਲਾਈਕ ਕੋਈ ਵੀ ਸੂਟ ਚੰਗਾ ਲੱਗੇ ਤੁਸੀਂ ਉਹਦਾ ਸਕਰੀਨਸ਼ੋਟ ਲੈਂਦੇ ਹੋਏ ਮੇਰੇ ਤੋਂ ਡਿਟੇਲਸ ਪਤਾ ਕਰ ਸਕਦੇ ਹੋ ਔਰ ਪਲੱਸ ਅਗਰ ਆਪਾਂ ਉਹਨੂੰ ਕਿਸੇ ਵੀ ਨਵੇਂ ਫੈਬਰਿਕ 'ਤੇ ਔਰ ਨਵੇਂ ਕਲਰ 'ਤੇ ਰੈਡੀ ਕਰਾਂਗੇ ਤਾਂ ਓਬਵੀਅਸ ਹੈ ਪ੍ਰਾਈਜ਼ ਹੈ ਜਿਹੜਾ ਉਹ ਵੱਧ ਜਾਏਗਾ ਔਰ ਅੱਜ ਦੇ ਵਲੌਗ ਦਾ ਜੋ ਮੈਂ ਪਹਿਲਾ ਸੂਟ ਲੈ ਕੇ ਆਈ ਹਾਂ ਇਹ ਮੈਂ ਔਰਗੈਂਜ਼ਾ ਫੈਬਰਿਕ 'ਤੇ ਲੈ ਕੇ ਆਈ ਹਾਂ ਇਹਦੇ ਉੱਪਰ ਅਸੀਂ ਸਾਰਾ ਹੈਂਡਵਰਕ ਕੀਤਾ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਔਰ ਜਿਹੜੀ ਇਹਦੇ ਨਾਲ ਬੋਟਮ ਹੈ ਉਹ ਅਸੀਂ ਪਲੇਨ ਦੇ ਵਿੱਚ ਰੱਖੀ ਹੈ ਉਹ ਕਰੀਪ ਫੈਬਰਿਕ 'ਤੇ ਲੈ ਕੇ ਆਏ ਹਾਂ ਔਰ ਜਿਹੜਾ ਇਹਦਾ ਦੁਪੱਟਾ ਹੈ ਇਹ ਮੈਂ ਔਰਗੈਂਜ਼ਾ ਫੈਬਰਿਕ 'ਤੇ ਰੱਖਿਆ ਔਰ ਦੁਪੱਟੇ ਦੇ ਫੋਰ ਸਾਈਡ ਅਸੀਂ ਸਿੱਪੀ ਦੇ ਨਾਲ ਬਾਰਡਰ ਬਣਾਇਆ ਪਲੱਸ ਬੂਟੇ ਬਣਾਏ ਨੇ ਔਰ ਇਹਨਾਂ ਦਾ ਜਿਹੜਾ ਦੁਪੱਟਾ ਉਹ ਮੈਂ ਕੰਟਰਾਸਟ ਦੇ ਵਿੱਚ ਰੱਖਿਆ ਤੁਸੀਂ ਦੇਖ ਹੀ ਸਕਦੇ ਹੋ ਕਿ ਬਹੁਤ ਸੋਹਣਾ ਕੰਟਰਾਸਟ ਇਹ ਅਸੀਂ ਤਿਆਰ ਕੀਤਾ ਔਰ ਇਹ ਜਿਹੜਾ ਸੂਟ ਹੈ ਜਿੰਨੇ ਵੀ ਸੂਟ ਦਿਖਾਉਂਗੀ ਸਭ ਦੇ ਸਲੀਵਸ ਦੇ ਉੱਪਰ ਵਰਕ ਹੋਏਗਾ ਜਿਵੇਂ ਇਸ ਦੀਆਂ ਸਲੀਵਸ ਦੇ ਉੱਪਰ ਵੀ ਅਸੀਂ ਜਿਹੜੀ ਹੈ ਐਮਬਰਾਇਡਰੀ ਕੀਤੀ ਹੋਈ ਹੈ ਔਰ ਇਹ ਸਾਰਾ ਕੰਮ ਹੱਥ ਦੇ ਨਾਲ ਕੀਤਾ ਹੋਇਆ ਹੈ ਔਰ ਅਗਰ ਜੇ ਤੁਸੀਂ ਇਹਨੂੰ ਨਵੇਂ ਕਲਰ 'ਤੇ ਰੈਡੀ ਕਰਾਓਗੇ ਤਾਂ ਇਹ ਨਵੇਂ ਰੇਟ 'ਤੇ ਹੀ ਤਿਆਰ ਹੋਣਗੇ ਜਿਹੜਾ ਮੈਂ ਹੋਰ ਸੂਟ ਲੈ ਕੇ ਆਈ ਹਾਂ ਇਹ ਵੀ ਔਰਗੈਂਜ਼ਾ ਫੈਬਰਿਕ 'ਤੇ ਆ ਔਰ ਇਹਦੇ ਉੱਪਰ ਵੀ ਸਾਰਾ ਅਸੀਂ ਹੈਂਡਵਰਕ ਕੀਤਾ ਹੋਇਆ ਤੁਸੀਂ ਦੇਖ ਹੀ ਸਕਦੇ ਹੋ ਔਰ ਡਬਲ ਸ਼ੇਡ ਦੇ ਵਿੱਚ ਇਹ ਸੂਟ ਅਸੀਂ ਰੈਡੀ ਕੀਤਾ ਹੋਇਆ ਬੋਟਮ ਇਹਦੀ ਜਿਹੜੀ ਅਸੀਂ ਕਰੇਪ 'ਤੇ ਤਿਆਰ ਕੀਤੀ ਹੋਈ ਹੈ ਔਰ ਜਿਹੜਾ ਇਹਦਾ ਦੁਪੱਟਾ ਉਹ ਵੀ ਅਸੀਂ ਡਬਲ ਸ਼ੇਡ ਦੇ ਵਿੱਚ ਔਰਗੈਂਜ਼ਾ 'ਤੇ ਰੈਡੀ ਕੀਤਾ ਹੈ ਦੁਪੱਟੇ ਦੇ ਉੱਪਰ ਵੀ ਸਾਰਾ ਹੈਂਡਵਰਕ ਕੀਤਾ ਹੋਇਆ ਅਗਰ ਤੁਸੀਂ ਇਹ ਸੂਟ ਓਪਨ ਦੇ ਵਿੱਚ ਦੇਖਣਾ ਚਾਹੋ ਤਾਂ ਤੁਸੀਂ ਸਕਰੀਨਸ਼ੋਟ ਲੈ ਸਕਦੇ ਹੋ ਔਰ ਵਟਸਐਪ ਨੰਬਰ ਪਲੱਸ ਇੰਸਟਾਗ੍ਰਾਮ ਆਈਡੀ ਮੈਂ ਸਕਰੀਨ ਪਰ ਆਲਰੇਡੀ ਸ਼ੇਅਰ ਕੀਤੀ ਹੋਈ ਹੈ ਤੁਸੀਂ ਸਕਰੀਨਸ਼ੋਟ ਭੇਜ ਕੇ ਉਸਦੀਆਂ ਡਿਟੇਲਸ ਜਿਹੜੀਆਂ ਪਤਾ ਕਰ ਸਕਦੇ ਹੋ ਔਰ ਜਿਹੜਾ ਮੈਂ ਇਹ ਸੂਟ ਲੈ ਕੇ ਆਈ ਹਾਂ ਇਹ ਅਸੀਂ ਨੈਚੁਰਲ ਕਰੇਪ 'ਤੇ ਤਿਆਰ ਕੀਤਾ ਔਰ ਇਹਦੇ ਉੱਪਰ ਅਸੀਂ ਸਾਰਾ ਦਬਕੇ ਦਾ ਕੰਮ ਕੀਤਾ ਹੋਇਆ ਘੇਰੇ 'ਤੇ ਤੁਸੀਂ ਦੇਖ ਸਕਦੇ ਹੋ ਦਬਕੇ ਦਾ ਕੰਮ ਹੈ ਪਲੱਸ ਬੂਟੀ ਪਾਈ ਹੋਈ ਹੈ ਦਬਕੇ ਦੀ ਔਰ ਇਹਦੀਆਂ ਸਲੀਵਸ ਵੀ ਅਸੀਂ ਬਹੁਤ ਹੈਵੀ ਰੈਡੀ ਕੀਤੀਆਂ ਹੋਈਆਂ ਸਲੀਵਸ ਵੀ ਤੁਸੀਂ ਦੇਖ ਸਕਦੇ ਹੋ ਸਲੀਵਸ ਦੇ ਉੱਪਰ ਜਿਹੜਾ ਦਬਕੇ ਦਾ ਕੰਮ ਕਰਦੇ ਹੋਏ ਅਸੀਂ ਬੂਟੀ ਬਣਾਈ ਹੋਈ ਹੈ ਔਰ ਇਹਦੇ ਨਾਲ ਜਿਹੜਾ ਦੁਪੱਟਾ ਉਹ ਅਸੀਂ ਪਿਓਰ ਚਿਨੋਨ ਦਾ ਲਗਾਇਆ ਦੁਪੱਟੇ ਦੇ ਫੋਰ ਸਾਈਡ ਦਾ ਜਿਹੜਾ ਅਸੀਂ ਵਰਕ ਕੀਤਾ ਹੋਇਆ ਪਲੱਸ ਦੁਪੱਟੇ ਦੇ ਵਿੱਚ ਅਸੀਂ ਬੂਟਾ ਪਾਇਆ ਹੋਇਆ ਔਰ ਇਹ ਵੀ ਸੂਟ ਬਹੁਤ ਹੀ ਪਿਆਰਾ ਹੈ ਔਰ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਮੈਂ ਪ੍ਰੋਵਾਈਡ ਕਰ ਰਹੀ ਹਾਂ ਔਰ ਜਿਹੜਾ ਮੈਂ ਇਹ ਸੂਟ ਲੈ ਕੇ ਆਈ ਹਾਂ ਇਹ ਮੈਂ ਖੁਦ ਲਈ ਵੀ ਆਪਣੇ ਲਈ ਤਿਆਰ ਕੀਤਾ ਸੀਗਾ ਔਰ ਇਹ ਵੈਸੇ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਰੀਲ ਜੋ ਮੈਂ ਜਦੋਂ ਮੈਂ ਵੇਅਰ ਕੀਤਾ ਮੈਂ ਰੀਲ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਸਕਰੀਨ 'ਤੇ ਤਾਂ ਜੋ ਤੁਹਾਨੂੰ ਜਿਹੜੇ ਪ੍ਰੋਪਰ ਕਿਸ ਤਰੀਕੇ ਨਾਲ ਇਹਨੂੰ ਆਪਾਂ ਕੈਰੀ ਕਰ ਸਕਦੇ ਹਾਂ ਕਿਸ ਤਰ੍ਹਾਂ ਦੀ ਲੁੱਕ ਆਉਂਦੀ ਹੈ ਜਿਹੜੀ ਤੁਹਾਨੂੰ ਪਤਾ ਚੱਲ ਸਕੇ ਔਰ ਇਹ ਨੈਚੁਰਲ ਕਰੇਪ 'ਤੇ ਆ ਬੋਟਮ ਵੀ ਨੈਚੁਰਲ ਕਰੇਪ 'ਤੇ ਆ ਸ਼ਰਟ ਦੇ ਉੱਪਰ ਕੰਮ ਹੈ ਸਲੀਵਸ ਦੇ ਉੱਪਰ ਕੰਮ ਹੈ ਕੋਈ ਕੰਟਰਾਸਟ ਦੇ ਵਿੱਚ ਬਣਾਇਆ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਹੈ ਦੁਪੱਟੇ ਦੇ ਫੋਰ ਸਾਈਡ ਅਸੀਂ ਚੰਪਾ ਲੈਸ ਲਗਾਉਂਦੇ ਹੋਏ ਇਹਨੂੰ ਫਿਨਿਸ਼ਡ ਕੀਤਾ ਹੈ ਔਰ ਇਹ ਜੋ ਇਹਦੀ ਬੋਟਮ ਹੈ ਬੋਟਮ 'ਤੇ ਵੀ ਵਰਕ ਕੀਤਾ ਹੋਇਆ ਵੈਸੇ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਪੂਰਾ ਸੂਟ ਅਸੀਂ ਤਿਆਰ ਕੀਤਾ ਔਰ ਜਿਹੜਾ ਮੈਂ ਹੁਣ ਸੂਟ ਲੈ ਕੇ ਆਈ ਹਾਂ ਇਹ ਮੈਂ ਸਾਟਨ ਸਿਲਕ 'ਤੇ ਲੈ ਕੇ ਆਈ ਹਾਂ ਇਹਦੇ ਘੇਰੇ ਦੇ ਉੱਪਰ ਕੰਮ ਹੈ ਘੇਰਾ ਦੇਖ ਸਕਦੇ ਹੋ ਕਿ ਕਿੰਨਾ ਹੈਵੀ ਅਸੀਂ ਤਿਆਰ ਕੀਤਾ ਹੋਇਆ ਸਾਰਾ ਹੈਂਡਵਰਕ ਹੈ ਔਰ ਪਲੱਸ ਜਿਹੜੇ ਅਸੀਂ ਬੂਟੇ ਬਣਾਏ ਹੋਏ ਆ ਔਰ ਨਿੱਕੀ ਨਿੱਕੀ ਅਸੀਂ ਸਿੱਪੀ ਵੀ ਲਗਾਈ ਹੈ ਔਰ ਇਹਦੀ ਜਿਹੜੀ ਬੋਟਮ ਹੈ ਉਹ ਵੀ ਸਾਟਨ ਸਿਲਕ 'ਤੇ ਉਹ ਪਲੇਨ ਦੇ ਵਿੱਚ ਹੈ ਔਰ ਜਿਹੜਾ ਇਹਦਾ ਦੁਪੱਟਾ ਹੈ ਉਹ ਅਸੀਂ ਚਿਨੋਨ ਦਾ ਲਗਾਇਆ ਦੁਪੱਟੇ ਦੀ ਫੋਰ ਸਾਈਡ ਐਮਬਰਾਇਡਰੀ ਹੈ ਪਲੱਸ ਦੁਪੱਟੇ ਦੇ ਵਿੱਚ ਜਿਹੜਾ ਆਪਾਂ ਬੂਟੀ ਪਾਈ ਹੋਈ ਹੈ ਔਰ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਹੀ ਸਕਦੇ ਹੋ ਵੀ ਬਹੁਤ ਵਧੀਆ ਇਹ ਸੂਟ ਅਸੀਂ ਰੈਡੀ ਕੀਤੇ ਹੋਏ ਆ ਇਹ ਔਰ ਅਗਰ ਜੇ ਅਸੀਂ ਇਹਨਾਂ ਸੂਟਸ 'ਤੇ ਡਿਸਕਾਊਂਟ ਲਗਾਇਆ ਇਹਦਾ ਮਤਲਬ ਇਹ ਨਹੀਂ ਹੈ ਇਹਦਾ ਫੈਬਰਿਕ ਨਹੀਂ ਵਧੀਆ ਜਾਂ ਇਹਦੀ ਐਮਬਰਾਇਡਰੀ ਨਹੀਂ ਵਧੀਆ ਅਸੀਂ ਇਸ ਕਰਕੇ ਇਹਦੇ 'ਤੇ ਔਫ ਲਗਾਉਂਦੇ ਹੁੰਦੇ ਹਾਂ ਕਿਉਂਕਿ ਇਹ ਸਾਡੇ ਪਹਿਲੇ ਸੈਂਪਲ ਰੈਡੀ ਹੋਏ ਹੁੰਦੇ ਆ ਅਤੇ ਦੈਟਸ ਵਾਈ ਨਹੀਂ ਤਾਂ ਜੋ ਆਪਾਂ ਨਵਾਂ ਰੈਡੀ ਕਰਾਂਗੇ ਉਹ ਇਹਨਾਂ ਦੇ ਪ੍ਰਾਈਜ਼ ਜਿਹੜੇ ਆ ਚੇਂਜ ਹੋਣਗੇ ਜਿਹੜਾ ਨਵਾਂ ਸੂਟ ਆਪਾਂ ਰੈਡੀ ਕਰਾਂਗੇ ਉਹਦੇ ਜਿਹੜੇ ਪ੍ਰਾਈਜ਼ ਹੈ ਉਹ ਚੇਂਜ ਹੋਣਗੇ ਔਰ ਇਸ ਦੀਆਂ ਵੀ ਸਲੀਵਸ 'ਤੇ ਕੰਮ ਕੀਤਾ ਹੋਇਆ ਇਹ ਦੀ ਸਲੀਵ ਰੈਡੀ ਕੀਤੀ ਹੋਈ ਹੈ ਬਾਰਡਰ ਹੈ ਪਲੱਸ ਆਪਾਂ ਪਰਲਸ ਦੇ ਨਾਲ ਬੂਟੀ ਪਾਈ ਹੋਈ ਹੈ ਔਰ ਬਹੁਤ ਪਿਆਰਾ ਇਹ ਸੂਟ ਹੈ ਅਤੇ ਜਿਹੜਾ ਮੈਂ ਹੁਣ ਸੂਟ ਲੈ ਕੇ ਆਈ ਹਾਂ ਇਹ ਮੈਂ ਕਰੇਪ 'ਤੇ ਲੈ ਕੇ ਆਈ ਹਾਂ ਔਰ ਇਹਦੇ ਉੱਪਰ ਅਸੀਂ ਡੋਟਸ ਬਣਾਏ ਆ ਪਲੱਸ ਜਿਹੜਾ ਅਸੀਂ ਘੇਰਾ ਰੈਡੀ ਕੀਤਾ ਹੋਇਆ ਘੇਰੇ ਦੇ ਉੱਪਰ ਅਸੀਂ ਗੋਟੇ ਪੱਤੀ ਦਾ ਕੰਮ ਕੀਤਾ ਹੋਇਆ ਦੁਪੱਟਾ ਔਰਗੈਂਜ਼ਾ 'ਤੇ ਆ ਦੁਪੱਟੇ ਦੇ ਫੋਰ ਸਾਈਡ ਵੀ ਅਸੀਂ ਐਮਬਰਾਇਡਰੀ ਕੀਤੀ ਹੋਈ ਹੈ
प्लस दुपट्टे दे विच वी असी जिहड़े डॉट्स बनाए हुए आ। ਅਤੇ ਜਿਹੜਾ ਮੈਂ ਇਹ ਸੂਟ ਲੈ ਕੇ ਆਈ ਹਾਂ ਇਹ ਵੀ ਅਸੀਂ ਡਬਲ ਸ਼ੇਡ ਦੇ ਉੱਪਰ ਰੈਡੀ ਕੀਤਾ ਹੋਇਆ ਇਹਦੇ ਉੱਪਰ ਸਾਰਾ ਹੈਂਡਵਰਕ ਹੈ ਤੁਸੀਂ ਦੇਖ ਸਕਦੇ ਹੋ ਔਰ ਜਿਹੜੀ ਇਹਦੀ ਬੋਟਮ ਹੈ ਉਹ ਸਿੰਗਲ ਕਲਰ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਕੰਮ ਹੈ ਔਰ ਇਹ ਸਲੀਵਸ 'ਤੇ ਵੀ ਅਸੀਂ ਕੰਮ ਕੀਤਾ ਹੋਇਆ ਦੁਪੱਟਾ ਇਹਦਾ ਡਬਲ ਸ਼ੇਡ ਹੈ ਦੁਪੱਟੇ ਦੇ ਕੋਰਨਰ ਦੇ ਵਿੱਚ ਇਸ ਤਰੀਕੇ ਦੇ ਨਾਲ ਅਸੀਂ ਦਬਕੇ ਦੇ ਨਾਲ ਬੂਟੇ ਪਾਏ ਹੋਏ ਆ ਪਲੱਸ ਅਸੀਂ ਬੂਟੀ ਪੂਰੇ ਦੁਪੱਟੇ ਦੇ ਵਿੱਚ ਫੈਲਾਉਂਦੇ ਹੋਏ ਕੱਟਵਰਕ ਕਰਦੇ ਹੋਏ ਦੁਪੱਟੇ ਨੂੰ ਫਿਨਿਸ਼ਡ ਕੀਤਾ ਹੈ और इस सूट का जो भी पैटर्न है मैं एक फोटो के नाल तो शेयर करांगी कि एक इस पैटर्न दे विच ये वाला सूट बनया हुआ है क्योंकि प्रॉपर मैं ये तो सामने डिस्प्ले नहीं कर सकती जी। और यह क्रेप के उपर रेडी है और इनकी बॉटम भी क्रेप से है और इनका दुपट्टा जरा विस्कोस ऑर्गेंजा से रेडी किया हुआ है। और अज के ब्लॉग का जो मैं लास्ट सूट लैके आई हाँ ये मैं नैचुरल क्रेप से तैयार किया पॉल्स के नाल बूटी बनाई हुई है और स्लीव्स के उपर भी असी काम किया हुआ है और गेंसा जिहड़ा इहदा फैब्रिक रखते हुए असी फोर साइड जिदा तुसी देख सकते हो पल्स दे नाल किदा इहदा बॉर्डर रेडी किया है और दुपट्टे की फोर साइड भी असी एम्ब्रॉयडरी की आ पल्स दे नाल और लैस लगाते हुए असी दुपट्टे नूं फिनिश किया है और ये भी सूट बहुत ही प्यारा जिहड़ा तैयार किया है। और ये सीगा मेरा अज का ब्लॉग अज के ब्लॉग के जिन्हें भी मैं सूट शेयर किए सब के उपर डिस्काउंट लग्या होया और ये सारा डिस्काउंट असी दिवाली करके लगाया होया दिवाली डिस्काउंट लगाया होया और यह सिंगल सूट ही असी डिस्काउंट के उपर है जिहड़ा तुहानू प्रोवाइड करांगे अगर तुसी किसी होर कलर और किसी होर फैब्रिक के उपर तैयार करवाउंदे हो ओबियस है उनका नवा रेट तैयार होएगा। कोई भी सूट चंगा लगे तुसी उनका स्क्रीनशॉट लेंदे होए व्हाट्सएप पे मेरे नाल शेयर कर सकते हो प्लस इंस्टाग्राम पे भी मेरे नाल शेयर कर सकते हो व्हाट्सएप नंबर और इंस्टाग्राम आईडी ऑलरेडी मैं स्क्रीन के उपर शेयर की हुई है और उत्ते फोटो भेज दो मेरे को जो प्रॉपर डिटेल्स पता कर सकते हो। और यह मेरा अज का ब्लॉग तो हूँ मैं तुम्हें मिलूंगी अपने अगले ब्लॉग के ब्लॉग बनाते हुए अगर मेरे तो कोई गलती हुई हो मैं माफ़ करना और एक चीज़ होर कहना चाहूँगी कि मेरे चैनल में जरूर सबसक्राइब करना और मेरी वीडियो लाइक शेयर कमेंट जरूर करना।